ਲੇਖ ਲਿਆਇਆ ਵਾਂ ਗੁਰਬਾਣੀ ਵਿਚਾਰਨ ਲਈ ਜ਼ਰੂਰੀ ਨੁਕਤੇ, ਉਹ ਦਸਮ ਗ੍ਰੰਥ ਦੀ ਕਿਤਾਬ ਦੇ ਵਿੱਚ ਛਪੇ ਨੇ। ਉਹ ਭੈਣ ਜੀ ਜਿਹੜੇ ਮਾਸ ਦੇ ਬਾਰੇ ਸਵਾਲ ਪੁੱਛ ਰਹੇ ਸਨ, ਉਹਨਾਂ ਨੂੰ ਮੈਂ ਜ਼ਰੂਰ ਦੇਣਾ ਚਾਹਾਂਗਾ, ਕਿਉਂਕਿ ਇਸ ਦੇ ਮਾਸ ਦੇ ਬਾਰੇ ਜਿਹੜਾ ਸਵਾਲ ਹੈ ਨਾ, ਤੋ ਕਿਉਂ ਮੁਰਗੀ ਮਾਰੇ, ਅਖੰਡ ਕੀਰਤੀ ਜਿੱਥੇ ਬੜੇ ਜ਼ੋਰਾਂ ਸ਼ੋਰਾਂ ਨਾਲ ਗਾਉਂਦੇ, ਤੋ ਕਿਉਂ ਮੁਰਗੀ ਮਾਰੇ, ਤੋ ਕਿਉਂ ਮੁਰਗੀ ਮਾਰੇ, ਉਹਦੇ ਅਰਥ ਲਿਖੇ ਹੋਏ ਨੇ ਔਰ ਅਰਥ ਬੜੇ ਸਿੱਧੇ ਸਾਦੇ ਨੇ। ਇਹਦੇ ਵਿੱਚ ਉਸ ਸ਼ਬਦ ਦੇ ਵਿੱਚ ਇਹ ਦਰਸਾਇਆ ਕਿ ਕਿਸੇ ਜਾਨਵਰ ਦੀ ਕੁਰਬਾਨੀ ਦੇਣ ਨਾਲ ਖੁਦਾ ਦੀ ਰਹਿਮਤ ਨਹੀਂ ਹਾਸਲ ਕੀਤੀ ਜਾ ਸਕਦੀ। ਉਸ ਦਾ ਸ਼ਬਦ ਦਾ ਭਾਵ ਕੁਛ ਹੋਰ ਹੈ, ਲਹਿ ਤੁਰਦੇ ਨੇ ਮਾਸ ਖਾਣ ਜਾਂ ਨਾ ਖਾਣ ਬਾਰੇ। ਔਰ ਇਸੇ ਤਰ੍ਹਾਂ ਹੀ ਪੰਡਿਤ ਨੂੰ ਸਮਝਾਇਆ ਹੈ ਕਿ ਜੀ ਬਦੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਪਾਈ, ਆਪਸ ਕੋ ਮੁਨਿਵਰ ਕਰ ਥਾਪੋ, ਕਾਕੋ ਕਹੋ ਕਸਾਈ। ਇਹ ਜੀਵਾਂ ਦੀ ਬਲੀ ਦਾ ਸਿਧਾਂਤ ਜਾਂ ਇਹਨਾਂ ਦਾ ਕੁਰਬਾਨੀ ਦੇ ਸਿਧਾਂਤ ਨੂੰ ਗੁਰੂ ਸਾਹਿਬ ਨੇ, ਕਬੀਰ ਸਾਹਿਬ ਨੇ ਇੱਥੇ ਨਕਾਰਿਆ ਹੈ ਕਿ ਜੇ ਤੁਸੀਂ ਪਰਮਾਤਮਾ ਦੀ ਬਖਸ਼ਿਸ਼ ਹਾਸਲ ਕਰਨੀ ਹੈ ਤਾਂ ਉਹ ਆਪਾ ਵਾਰੇ ਬਗੈਰ ਨਹੀਂ ਹੋ ਸਕਦੀ। ਆਪਾ ਵਾਰੇ ਬਗੈਰ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਓ ਤਨ ਅਤੇ ਮਨ, ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕੇ ਕਰ। ਬਾਕੀ ਰਹੀ ਖਾਣ ਦੀ ਗੱਲ, ਤੁਸੀਂ ਦੱਸੋ ਉਸ ਜਿਹੜਾ ਸ਼ਬਦ ਮਾਸ ਕਸ ਮੂਰਖ ਜਿਹੜਾ, ਉਹਦੇ ਬਹੁਤ ਗੱਲਾਂ ਆ ਰਹੀਆਂ। ਤੁਸੀਂ ਉਹ ਸ਼ਬਦ ਫਿਰ ਇੱਕ ਵਾਰੀ ਧਿਆਨ ਨਾਲ ਪੜ੍ਹਨਾ ਕਿ ਕੌਣ ਮਾਸ ਕੌਣ ਸਾਗ ਕਹਾਵੇ, ਕਿਸਮੈਂ ਪਾਪ ਸਮਾਣੇ, ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ, ਪਾਂਡੇ ਤੂੰ ਜਾਣਾ ਹੀ ਨਾਹੀਂ, ਕਿੱਥੋਂ ਮਾਸ ਪੰਨਾ, ਤੋਇਓ ਅੰਨ ਕਮਾਦ ਕਪਾਹ, ਤੋਇਓ ਪਾਣੀ ਤੋਂ ਸਾਰਾ ਕੁਝ ਪੈਦਾ ਰਿਹਾ। ਪਾਣੀ 'ਚ ਜੀਵ ਨਹੀਂ ਹਨ, ਜੇ ਦਾਣੇ ਅੰਨ ਕੇ ਜੀਆਂ ਬਾਜ ਨੂੰ ਕੋਈ ਰਜਿੰਦਰ ਸਿੰਘ ਜੀ ਦੱਸ ਰਹੇ ਸਨ, ਪਹਿਲਾਂ ਪਾਣੀ ਜੀਉ ਹੈ ਜੇ ਥਰਿਆ ਸਭ ਕੋਏ। ਸੋ ਇਹ ਜੀਵ ਜਿਹੜੇ ਨੇ, ਇਹ ਇੱਕ ਨੇ ਬੜੀ ਸੋਹਣੀ ਦਲੀਲ ਦਿੱਤੀ ਹੈ। ਅਸੀਂ ਸਿੱਖੀ ਦਾ ਇੰਨਾ ਪ੍ਰਚਾਰ ਕਰ ਦਈਏ ਕਿ ਸਾਇਬੇਰੀਆ ਜਾਂ ਉੱਤਰੀ ਧਰੁਵ ਜਾਂ ਜਿਹੜੇ ਉੱਥੇ ਵੀ ਅਗਰ ਸਿੱਖੀ ਪਹੁੰਚ ਜਾਏ ਤਾਂ ਇਹ ਦੱਸੋ ਉਹ ਕੀ ਖਾਣਗੇ, ਉੱਥੇ ਤਾਂ ਫਸਲਾਂ ਹੁੰਦੀਆਂ ਹੀ ਨਹੀਂ। ਤਾਂ ਇਸ ਲਈ ਭਰਮ ਵਿੱਚ ਨਹੀਂ ਪੈਣਾ, ਜੇ ਜਿਹੜੀ ਚੀਜ਼ ਸਰੀਰ ਨੂੰ ਸੁਖਾਉਂਦੀ ਹੈ ਖਾਓ, ਕਿਸੇ ਲਈ ਮਾਂ ਵਾਧੀ, ਕਿਸੇ ਲਈ ਮਾਂ ਨਰੋਏ, ਜਿਹੜੀ ਤੁਸੀਂ ਸਰੀਰ ਹਜ਼ਮ ਕਰ ਸਕਦਾ ਉਹ ਖਾਓ, ਕਿਸੇ ਵਿੱਚ ਕੋਈ ਧਰਮ ਦਾ ਦਖਲ ਨਹੀਂ ਹੈ। ਮੈਂ ਤੁਹਾਨੂੰ ਇੱਕ ਦ੍ਰਿਸ਼ਟਾਂਤ ਦੇ ਕੇ ਸਮਾਪਤੀ ਕਰ ਰਿਹਾ। ਅੱਜ ਤੋਂ ਤਕਰੀਬਨ 25-30 ਸਾਲ ਪਹਿਲਾਂ, ਸ਼ਾਇਦ ਜ਼ਿਆਦਾ ਹੀ ਹੋ ਗਏ ਹੋਣਗੇ, ਇੱਕ ਮੀਟਿੰਗ ਹੋਈ ਸੀ ਭਾਈ ਅਰਦਮਨ ਸਿੰਘ ਬਾਗੜੀਆਂ, ਹੁਣ ਉਹਨਾਂ ਦਾ ਲੜਕਾ ਹੈ ਅਸ਼ੋਕ ਸਿੰਘ ਬਾਗੜੀਆਂ, ਚੰਡੀਗੜ੍ਹ ਹੁੰਦੇ ਨੇ, ਤਾਂ ਉਹਨਾਂ ਦੇ ਪਿਤਾ ਜੀ ਨਾਲ ਅਰਦਮਨ ਸਿੰਘ ਬਾਗੜੀਆਂ ਔਰ ਗਿਆਨੀ ਭਾਗ ਸਿੰਘ ਔਰ ਹੋਰ ਕਾਫੀ ਸਾਡੇ ਸਾਥੀਆਂ ਨੇ ਇਹ ਸਵਾਲ ਚੁੱਕਿਆ ਸੀਗਾ। ਉਹਨਾਂ ਨੇ ਇੱਕ ਬੜਾ ਕਹਿੰਦੇ, ਮੈਂ ਰਹਿਤ ਮਰਿਆਦਾ 'ਚ ਲਿਖਣਾ ਚਾਹਾਂਗਾ ਕਿ ਸਿੱਖ ਗਾਂ ਦਾ ਮਾਸ ਖਾ ਸਕਦਾ। ਅੱਜ ਸਾਨੂੰ ਮੋਹਨ ਭਾਗਵਤ ਵਾਲੇ ਕਹਿੰਦੇ ਤੁਸੀਂ ਹਿੰਦੂ ਹੋ, ਅੱਜ ਮੈਂ ਕਹਿੰਦਾ ਮੈਂ ਗਾਂ ਦਾ ਮਾਸ ਖਾਣਾ ਤਾਂ ਉਹ ਕੋਈ ਨਹੀਂ ਕਹੇਗਾ ਤੂੰ ਹਿੰਦੂ ਹੈ। ਸੋ ਇਹ ਉਹਨਾਂ ਦਾ ਵਿਚਾਰ ਸੀ। ਸੋ ਖਾਓ ਜਾਂ ਨਾ ਖਾਓ ਤੁਹਾਡੀ ਮਰਜ਼ੀ ਹੈ, ਲੇਕਿਨ ਤੁਸੀਂ ਡਿਕਲੇਅਰ ਕਰ ਸਕਦੇ ਹੋ। ਤੋ ਅਸੀਂ ਕਿਸੇ ਭਰਮ ਵਿੱਚ ਨਹੀਂ ਪੈਣਾ, ਬਾਣੀ ਸਾਨੂੰ ਭਰਮਾਂ 'ਚੋਂ ਕੱਢ ਰਹੀ ਹੈ। ਇਹ ਸੀ ਇਤੇ ਰਸ ਸਰੀਰ ਕੇ ਕਹਿ ਕੱਟ ਨਾਮ ਨਿਵਾਸ, ਹੋਰ ਚਸਕਿਆਂ 'ਚੋਂ ਅਸੀਂ ਨਹੀਂ ਪੈਣਾ ਹੈਗਾ, ਚਸਕਿਆਂ ਤੋਂ।